ਖੁਸ਼ਖਬਰੀ ਦੀ ਗੱਲ ਹੈ ਪੰਜਾਬ ਪੁਲਿਸ ਕੈਂਡੀਡੇਟਸ ਲਈ ਨੋਰਮਲਾਈਜੇਸ਼ਨ ਪ੍ਰੋਸੈਸ। ਜਿਹੜੇ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਨੋਰਮਲਾਈਜੇਸ਼ਨ ਪ੍ਰੋਸੈਸ ਰਾਹੀਂ ਤੁਹਾਡੇ ਪੰਜਾਬ ਪੁਲਿਸ ਦੇ ਪੇਪਰ ਦੇ ਅੰਦਰ ਕੌਂਸਟੇਬਲ ਦੇ 3, 4, 5 ਨੰਬਰ ਵੱਧ ਸਕਦੇ ਨੇ। ਮੰਨ ਲਓ ਜਿਹੜੇ ਬੱਚੇ ਦੇ 60 ਨੰਬਰ ਬਣ ਰਹੇ ਨੇ ਉਹਦੇ 64, 64 ਨੰਬਰ ਜਾਂ 65 ਨੰਬਰ ਹੋ ਸਕਦੇ ਨੇ, ਤਾਂ ਉਹ ਨੰਬਰ ਤੁਹਾਡੇ ਲਈ ਬਹੁਤ ਜ਼ਰੂਰੀ ਨੇ। ਹੁਣ ਬੱਚੇ ਕਹਿੰਦੇ ਨੇ ਸਰ ਨੰਬਰ ਕਿਵੇਂ ਵੱਧ ਜਾਣਗੇ, ਇਹ ਤਾਂ ਇੱਕ ਅਫਵਾਹ ਹੈ। ਅਫਵਾਹ ਨਹੀਂ ਹੈ, ਇਹ ਨੋਰਮਲਾਈਜੇਸ਼ਨ ਦੀ ਪ੍ਰੋਸੈਸ ਪਿਛਲੀ ਵਾਰ ਜਿਹੜੇ ਪੇਪਰ ਹੋਏ ਸੀ 2023 ਦੇ, 2022 ਦੇ ਜਾਂ 2021 ਦੇ, ਉਹਨਾਂ ਪੇਪਰਾਂ ਵਿੱਚ ਵੀ ਕਈ ਕੈਂਡੀਡੇਟਸ ਦੇ ਨੰਬਰ ਵਧੇ ਸਨ। ਹੁਣ ਇਹ ਨੰਬਰ ਵੱਧਦੇ ਕਿਵੇਂ ਨੇ ਉਹ ਸਾਰੀ ਪ੍ਰੋਸੈਸ ਦੇਖਾਂਗੇ। ਨੋਰਮਲਾਈਜੇਸ਼ਨ ਹੁੰਦੀ ਕੀ ਹੈ? ਨੋਰਮਲਾਈਜੇਸ਼ਨ ਦਾ ਸਾਰੇ ਮੈਥੀਮੈਟਿਕਸ ਅਸੀਂ ਬਹੁਤ ਹੀ ਸੌਖੇ ਸ਼ਬਦਾਂ ਵਿੱਚ ਤੁਹਾਨੂੰ ਸਮਝਾਵਾਂਗੇ ਕਿਵੇਂ ਤੁਹਾਡੇ ਨੰਬਰ 5 ਨੰਬਰ ਵੀ ਤੁਹਾਡੇ ਵੱਧ ਸਕਦੇ ਨੇ, 5 ਨੰਬਰ ਵੀ, ਪਰ ਵਧਣਗੇ ਕਿਵੇਂ। ਪ੍ਰੋਸੈਸ ਬਾਰੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ। ਸਭ ਤੋਂ ਪਹਿਲਾਂ ਤੁਹਾਨੂੰ ਡਾਟਾ ਦੱਸਦੇ ਹਾਂ। ਮੰਨ ਲਓ ਕਈ ਬੱਚਿਆਂ ਦਾ ਪੇਪਰ 5 ਜੁਲਾਈ ਨੂੰ ਸੀ, ਜਿਨ੍ਹਾਂ ਦਾ ਪੇਪਰ ਸੀ ਉਹਨਾਂ ਦਾ ਪੇਪਰ ਦਾ ਲੈਵਲ ਮੰਨ ਲਓ ਕਾਫੀ ਸੌਖਾ ਲੈਵਲ ਸੀ ਪੇਪਰ ਦਾ, ਯਾਨੀ ਕਿ ਈਜ਼ੀ ਲੈਵਲ ਸੀ। ਹੁਣ ਜੇ ਪੇਪਰ ਦਾ ਲੈਵਲ ਸੌਖਾ ਹੋਵੇਗਾ ਤਾਂ ਆਮ ਜਿਹੀ ਗੱਲ ਹੈ ਉਹਨਾਂ ਦੇ ਨੰਬਰ ਵੀ ਵੱਧ ਹੋਣਗੇ। ਮੰਨ ਲਓ ਜਿਹਨਾਂ ਬੱਚਿਆਂ ਨੇ 5 ਜੁਲਾਈ ਨੂੰ ਪੇਪਰ ਦਿੱਤਾ ਸੀ, ਚਾਹੇ ਉਹ ਮੋਰਨਿੰਗ ਹੋਵੇ ਸ਼ਿਫਟ ਚਾਹੇ ਈਵਨਿੰਗ ਹੋਵੇ, ਉਹਨਾਂ ਬੱਚਿਆਂ ਦੇ ਨੰਬਰ ਮੰਨ ਲਓ 85 ਬਣ ਰਹੇ ਨੇ ਪੰਜਾਬ ਪੁਲਿਸ ਦੇ ਪੇਪਰ ਦੇ ਅੰਦਰ, ਠੀਕ ਹੈ ਜੀ। ਆਪਣੇ 3 ਦਿਨਾਂ ਦਾ ਅੰਕੜਾ ਲੈ ਕੇ ਨੋਰਮਲਾਈਜੇਸ਼ਨ ਪ੍ਰੋਸੈਸ ਨੂੰ ਸਮਝਣਾ। ਸਭ ਤੋਂ ਪਹਿਲਾਂ 5 ਜੁਲਾਈ ਦਾ ਅੰਕੜਾ ਨੋਟ ਕਰ ਲਓ ਤੁਸੀਂ ਵੀ ਉਹਨਾਂ ਦੇ ਨੰਬਰ ਬਣ ਰਹੇ ਨੇ 85 ਨੰਬਰ। ਹੁਣ ਨੈਕਸਟ ਨੈਕਸਟ ਮੰਨ ਲਓ ਆਪਾਂ ਕੋਈ ਦਿਨ ਰੱਖ ਲਈਏ ਵਿਚਕਾਰਲਾ 20 ਜੁਲਾਈ ਦਾ, ਜਿਨ੍ਹਾਂ ਬੱਚਿਆਂ ਦਾ ਪੇਪਰ ਮੰਨ ਲਓ 20 ਜੁਲਾਈ ਨੂੰ ਸੀ, ਉਹਨਾਂ ਦੇ ਜਿਹੜੇ ਪੇਪਰ ਦਾ ਲੈਵਲ ਹੈ ਉਹ ਲੈਵਲ ਮੀਡੀਅਮ ਸੀ, ਪੇਪਰ ਜਿਹੜਾ ਮੀਡੀਅਮ ਲੈਵਲ ਦਾ ਆਇਆ ਸੀ, ਨਾ ਜ਼ਿਆਦਾ ਔਖਾ ਅਤੇ ਨਾ ਹੀ ਜ਼ਿਆਦਾ ਸੌਖਾ, ਮੀਡੀਅਮ ਲੈਵਲ ਦਾ ਪੇਪਰ ਆਇਆ ਸੀ ਜਿਸ ਨੂੰ ਅਸੀਂ ਮੋਡਰੇਟ ਲੈਵਲ ਵੀ ਕਹਿ ਸਕਦੇ ਹਾਂ। ਹੁਣ ਜੇ ਪੇਪਰ ਮੋਡਰੇਟ ਲੈਵਲ ਦਾ ਆਵੇਗਾ ਤਾਂ ਉਹਨਾਂ ਦੇ ਨੰਬਰ ਕਿੰਨੇ ਕੁ ਬਣ ਸਕਦੇ ਨੇ ਤੁਸੀਂ ਅੰਦਾਜ਼ਾ ਲਾ ਲਓ। ਮੰਨ ਲਓ ਉਹਨਾਂ ਦੇ ਨੰਬਰ ਬਣ ਰਹੇ ਨੇ 70 ਨੰਬਰ ਬਣ ਰਹੇ ਨੇ, ਜਿਹੜਾ 5 ਜੁਲਾਈ ਦਾ ਸੀ ਉੱਥੇ 85 ਬਣ ਰਹੇ ਸੀ, ਉਰੇ ਇਹਨਾਂ ਦੇ 70 ਨੰਬਰ ਬਣ ਰਹੇ ਨੇ। ਹਾਂ, ਨੋਰਮਲਾਈਜੇਸ਼ਨ ਬਾਰੇ ਹੀ ਦੱਸ ਰਹੇ ਹਾਂ, ਬਸ ਇੱਕ ਵਾਰੀ ਅੰਕੜੇ ਦੇਖ ਲਓ ਨਾ, ਉਸ ਤੋਂ ਬਾਅਦ ਤੁਹਾਨੂੰ ਫੋਰਮੂਲਾ ਦੱਸਾਂਗੇ, ਤੁਸੀਂ ਆਪਣੇ ਨੰਬਰ ਆਪ ਕੈਲਕੂਲੇਟ ਕਰਕੇ ਦੇਖ ਸਕਦੇ ਹੋ ਵੀ ਤੁਹਾਡੇ ਨੰਬਰ ਕਿੰਨੇ ਵੱਧ ਰਹੇ ਨੇ ਜਾਂ ਕਿੰਨੇ ਨੰਬਰ ਤੁਹਾਡੇ ਘੱਟ ਰਹੇ ਨੇ। ਉਸ ਤੋਂ ਬਾਅਦ 1 ਅਗਸਤ ਦਾ ਦਿਨ ਲਾ ਲਓ, 5 ਅਗਸਤ। 5 ਅਗਸਤ ਵਾਲੇ ਦਿਨ ਜਿਹੜਾ ਪੇਪਰ ਸੀ ਉਹਦਾ ਜਿਹੜਾ ਲੈਵਲ ਹੈ ਉਹ ਉਹਨਾਂ ਨੇ ਬਹੁਤ ਡਿਫੀਕਲਟ ਪਾ ਦਿੱਤਾ, ਔਖਾ ਲੈਵਲ ਪਾ ਦਿੱਤਾ ਪੇਪਰ ਦਾ।
ਅਗਰ ਪੇਪਰ ਦਾ ਲੈਵਲ ਔਖਾ ਹੋਵੇਗਾ ਤਾਂ ਬੱਚਿਆਂ ਦੇ ਕੁਸ਼ਚਨ ਕਾਫੀ ਘੱਟ ਠੀਕ ਹੋਣ ਦੀ ਸੰਭਾਵਨਾ ਹੈ, ਤਾਂ ਉਹਨਾਂ ਦੇ ਨੰਬਰ ਵੀ ਕਾਫੀ ਘੱਟ ਜਾਣਗੇ। ਮੰਨ ਲਓ ਬੱਚਿਆਂ ਦੇ ਨੰਬਰ ਬਣ ਰਹੇ ਨੇ 60 ਨੰਬਰ ਪੇਪਰ ਦਾ ਔਖਾ ਲੈਵਲ ਹੋਣ ਕਰਕੇ। 3 ਦਿਨਾਂ ਦੇ ਆਪਣੇ ਅੰਕੜੇ ਲੈ ਲਏ ਵੀ? ਹਾਂਜੀ ਸਰ ਜੀ ਲੈ ਲਏ। 1 ਦਿਨ ਦੇ 85 ਨੰਬਰ ਨੇ, 1 ਦੇ 70 ਅਤੇ 1 ਦੇ 60 ਨੰਬਰ। ਹੁਣ ਇਹ ਨੋਰਮਲਾਈਜੇਸ਼ਨ ਪ੍ਰੋਸੈਸ 'ਚ ਕਰਦੇ ਕੀ ਨੇ? ਉਹ ਇਹ ਕਰਦੇ ਨੇ, ਜਿਹੜੀ ਇਹ ਨੋਰਮਲਾਈਜੇਸ਼ਨ ਹੁੰਦੀ ਹੈ ਉਹ ਇਹ 3 ਦਿਨਾਂ ਦੇ ਅੰਕੜੇ ਲੈ ਲੈਣਗੇ ਰੈਂਡਮਲੀ। 85 ਨੰਬਰ ਵਾਲੇ, 70 ਨੰਬਰ ਵਾਲੇ ਅਤੇ 60 ਨੰਬਰ ਵਾਲੇ। 3 ਦਿਨਾਂ ਦੇ ਅੰਕੜੇ ਹੋ ਗਏ ਜੀ? ਹਾਂਜੀ ਹੋ ਗਏ ਸਰ। ਫਿਰ ਉਹ ਇਹਨਾਂ ਦਾ ਕੀ ਕਰਨਗੇ? ਫਿਰ ਉਹ ਇਹਨਾਂ ਦਾ ਕੱਢਣਗੇ ਔਸਤ, ਐਵਰੇਜ। ਐਵਰੇਜ ਕਿਵੇਂ ਕੱਢੀ ਦੀ ਹੈ? ਐਵਰੇਜ ਕੱਢਣ ਵਾਸਤੇ ਇਨ ਤਿੰਨਾਂ ਨੂੰ ਪਲੱਸ ਕਰੋ। ਜਦੋਂ ਇਨ ਤਿੰਨਾਂ ਨੂੰ ਆਪਾਂ ਪਲੱਸ ਕਰ ਦਾਂਗੇ ਇਹ ਬਣ ਜਾਣਗੇ ਵੀ 80 ਦੇ ਅੰਦਰ 70 ਜੋੜ ਕੇ 150, 150 ਦੇ ਅੰਦਰ 60 ਜੋੜੋ 210 ਅਤੇ 215, 215 ਬਣ ਗਏ ਜੀ। ਫਿਰ ਇਹਨੂੰ ਡਿਵਾਈਡ ਕਰਨਗੇ 3 ਨਾਲ। 3 ਨਾਲ ਕਿਉਂ ਕਰਨਗੇ? ਕਿਉਂਕਿ ਜਿੰਨੇ ਦਿਨਾਂ ਦੀ ਨੋਰਮਲਾਈਜੇਸ਼ਨ ਪ੍ਰੋਸੈਸ ਕੱਢਣੀ ਹੁੰਦੀ ਹੈ ਉਹਨੇ ਦਿਨ ਨਾਲ ਹੀ ਡਿਵਾਈਡ ਕਰਕੇ ਦੇਖਣਾ ਹੁੰਦਾ। ਜਦੋਂ ਇਹਨੂੰ ਡਿਵਾਈਡ ਕਰਨਗੇ, ਭਾਗ ਕਰਨਗੇ ਤਾਂ ਅਰਾਊਂਡ ਤੁਹਾਡੇ ਆ ਜਾਣਗੇ 72। ਠੀਕ ਹੈ ਜੀ, 72 ਦੇ ਲਗਭਗ ਨੰਬਰ ਬਣਨਗੇ ਤੁਹਾਡੇ ਐਵਰੇਜ ਨੰਬਰ। ਠੀਕ ਹੈ, ਤਾਂ ਹੁਣ ਜਿਹੜੇ ਬੱਚੇ ਦੇ 70 ਨੰਬਰ ਆਏ ਸੀ, ਦੇਖੋ ਜਿਹੜੇ ਸਟੂਡੈਂਟਸ ਦੇ 70 ਨੰਬਰ ਆਏ ਸੀ ਉਹਦੇ 2 ਨੰਬਰ ਵੱਧ ਜਾਣਗੇ, ਕਿਉਂਕਿ ਉਹਨਾਂ ਨੇ ਤੁਹਾਨੂੰ 72 ਨੰਬਰ ਕਰਕੇ ਦੇਣੇ ਨੇ। ਕਿੰਨੇ ਨੰਬਰ ਵੱਧ ਗਏ? 2। ਠੀਕ ਹੈ ਨਾ, ਯਾਦ ਰੱਖਿਓ। ਹੁਣ ਸਰ ਇਹ ਤਾਂ ਤੁਹਾਡਾ ਸਮਝ ਆ ਗਿਆ ਜਿਹੜਾ ਤੁਸੀਂ ਸਮਝਾਇਆ, ਪਰ ਸਰ ਸਾਨੂੰ ਇਹ ਦੱਸੋ ਸਾਡੇ ਕਿੰਨੇ ਕੁ ਨੰਬਰ ਵਧਣਗੇ? ਤਾਂ ਬੱਚਿਓ ਤੁਹਾਡੇ ਜਿਹੜੇ ਨੰਬਰ ਵਧਣਗੇ ਉਹ ਆਪਾਂ ਦੱਸ ਦਿੰਦੇ ਹਾਂ। ਮੰਨ ਲਓ ਤੁਸੀਂ ਆਪਣੀ ਆਂਸਰ ਕੀ ਚੈੱਕ ਕਰ ਲਈ, ਤੁਸੀਂ ਆਪਣੇ ਨੰਬਰ ਲਗਾ ਲਏ। ਹਾਂ, ਇੱਕ ਗੱਲ ਹੋਰ ਉਸ ਤੋਂ ਪਹਿਲਾਂ, ਜਿਹੜੀ ਉਰੇ ਕੈਟਾਗਰੀਸ ਹੁੰਦੀਆਂ ਨੇ ਜਰਨਲ, ਬੀ ਸੀ, ਐੱਸ ਸੀ, ਐੱਸ ਟੀ, ਈ ਡਬਲਿਊ ਐੱਸ ਜਾਂ ਅਦਰਸ, ਕਹਿੰਦੇ ਨੇ ਵੀ ਕੈਟਾਗਰੀ ਦੇ ਹਿਸਾਬ ਨਾਲ ਨੋਰਮਲਾਈਜੇਸ਼ਨ ਕੀਤੀ ਜਾਂਦੀ ਹੈ। ਵੀ ਜਿਹੜੇ ਐੱਸ ਸੀ ਬੱਚੇ ਹੁੰਦੇ ਨੇ ਜਾਂ ਫਿਰ ਬੀ ਸੀ ਬੱਚੇ ਹੁੰਦੇ ਨੇ ਜਾਂ ਈ ਡਬਲਿਊ ਐੱਸ ਵਾਲੇ, ਕਿ ਸਰ ਇਹਨਾਂ ਦੇ ਨੋਰਮਲਾਈਜੇਸ਼ਨ ਵਿੱਚ ਨੰਬਰ ਜ਼ਿਆਦਾ ਵੱਧਦੇ ਨੇ ਜਰਨਲ ਦੇ ਮੁਕਾਬਲੇ? ਨਹੀਂ, ਜਿਹੜੀ ਨੋਰਮਲਾਈਜੇਸ਼ਨ ਹੁੰਦੀ ਹੈ ਕੈਟਾਗਰੀ ਵਾਈਜ਼ ਨਹੀਂ ਹੁੰਦੀ ਉਹ। ਠੀਕ ਹੈ ਜੀ, ਕੈਟਾਗਰੀ ਦਾ ਕੋਈ ਉਸ 'ਤੇ ਅਸਰ ਨਹੀਂ ਪੈਂਦਾ। ਨੋਰਮਲਾਈਜੇਸ਼ਨ ਹੁੰਦੀ ਹੈ ਪੇਪਰਾਂ ਦੀ ਸ਼ਿਫਟ ਨੂੰ ਦੇਖ ਕੇ, ਪੇਪਰ ਦੀ ਕਿਹੜੀ ਸ਼ਿਫਟ ਵਿੱਚ ਹਾਰਡ ਪੇਪਰ ਆਇਆ ਸੀ, ਔਖਾ ਪੇਪਰ, ਕਿਹੜੀ ਸ਼ਿਫਟ ਵਿੱਚ ਸੋਫਟ ਪੇਪਰ, ਸੌਖਾ ਪੇਪਰ ਆਇਆ ਸੀ, ਅਤੇ ਕਿਹੜੀ ਸ਼ਿਫਟ ਵਿੱਚ ਮੋਡਰੇਟ ਪੇਪਰ ਆਇਆ ਸੀ, ਮੋਡਰੇਟ। ਤਾਂ ਜਿਹੜੇ ਇਗਜ਼ਾਮੀਨਰ ਹੁੰਦੇ ਨੇ ਉਹ ਮੋਡਰੇਟ ਪੇਪਰ ਦੇ ਇਰਦ ਗਿਰਦ ਹੀ ਨੋਰਮਲਾਈਜੇਸ਼ਨ ਦੇ ਮਾਰਕਸ ਦਿੰਦੇ ਨੇ। ਮੰਨ ਲਓ ਮੋਡਰੇਟ ਪੇਪਰ ਦੇ ਜਿਹੜੇ ਮਾਰਕਸ ਬਣ ਰਹੇ ਨੇ 70 ਬਣ ਰਹੇ ਨੇ, ਪਰ ਜਿਨ੍ਹਾਂ ਦਾ ਔਖਾ ਪੇਪਰ ਆਇਆ ਸੀ ਉਹਨਾਂ ਦੇ ਬਣ ਰਹੇ ਨੇ 76, 77, ਤਾਂ ਉਹ ਕੀ ਕਰਨਗੇ? ਇਹਨਾਂ ਦੇ ਮਾਰਕਸ 70 ਕਰ ਦੇਣਗੇ। ਤਾਂ ਕਿੰਨੇ ਕਿੰਨੇ ਮਾਰਕਸ ਵੱਧ ਜਾਣਗੇ ਉਹਨਾਂ ਦੇ?
ਤਿੰਨ ਤੋਂ ਲੈ ਕੇ ਚਾਰ ਨੰਬਰ ਵੱਧ ਜਾਣਗੇ ਉਹਨਾਂ ਦੇ। ਅੱਛਾ ਸਰ, ਨੋਰਮਲਾਈਜੇਸ਼ਨ ਨਾਲ ਨੰਬਰ ਘੱਟਦੇ ਵੀ ਨੇ? ਹਾਂਜੀ ਘੱਟਦੇ ਵੀ ਨੇ, ਪਰ ਉਹ ਜਿਹੜੇ ਨੰਬਰ ਨੇ ਇਹ ਨਹੀਂ ਹੈ ਵੀ ਜ਼ਿਆਦਾ ਹੀ ਘੱਟ ਜਾਣਗੇ, ਤੁਹਾਡੇ ਪੁਆਇੰਟਾਂ ਵਿੱਚ ਨੰਬਰ ਘੱਟ ਸਕਦੇ ਨੇ। ਜਿਵੇਂ ਕਿਸੇ ਬੱਚੇ ਦੇ 81.05 ਨੰਬਰ ਬਣ ਰਹੇ ਨੇ ਤਾਂ ਉਹਦੇ 81 ਕਰ ਦੇਣਗੇ। ਨੰਬਰ ਘਟਾਉਂਦੇ ਨਹੀਂ ਹੈ ਨੋਰਮਲਾਈਜੇਸ਼ਨ ਦੇ ਅੰਦਰ, ਨੰਬਰ ਵਧਾਉਂਦੇ ਨੇ। ਅਤੇ ਕਿੰਨੇ ਕੁ ਵਧਾਉਂਦੇ ਨੇ ਇਹ ਨਹੀਂ ਹੈ ਵੀ ਤੁਹਾਡੇ ਨੰਬਰ, ਕਈ ਬੱਚੇ ਉਮੀਦ ਲਈ ਬੈਠੇ ਹੋਣੇ ਸਰ ਸਾਡੇ ਨੰਬਰ 60 ਨੇ, ਕੀ ਸਾਡੇ ਨੰਬਰ 70 ਹੋ ਜਾਣਗੇ? ਨਾ, 70 ਤਾਂ ਨਹੀਂ ਹੋ ਸਕਦੇ। ਹਾਂ, 60 ਤੋਂ ਤੁਹਾਡੇ ਨੰਬਰ 62 ਜਾਂ 63 ਹੋ ਸਕਦੇ ਨੇ ਜ਼ਰੂਰ। ਬਾਕੀ ਅਗਰ ਕਿਸੇ ਬੱਚੇ ਨੂੰ ਇਹ ਪ੍ਰੋਸੈਸ ਨਹੀਂ ਸਮਝ ਆਈ, ਹਜੇ ਵੀ ਡਾਊਟ ਹੈ, ਤਾਂ ਉਹ ਬੱਚਾ ਇੱਕ ਕੰਮ ਕਰੇ, ਕਮੈਂਟ ਬੋਕਸ 'ਚ ਆਪਣਾ ਨਾਮ ਉਸ ਦਾ ਪੇਪਰ ਕਿਸ ਦਿਨ ਸੀ, ਕਿਹੜੀ ਸ਼ਿਫਟ ਵਿੱਚ ਪੇਪਰ ਸੀ, ਇਹ ਕਮੈਂਟ ਬੋਕਸ 'ਚ ਲਿਖ ਕੇ ਦੱਸੇ, ਅਤੇ ਉਹਦੇ ਐਸਟੀਮੇਟ ਨੰਬਰ ਦੱਸੇ ਆਪਣੇ, ਉਹ ਮਾਰਕਸ ਕਿੰਨੇ ਬਣ ਰਹੇ ਨੇ ਉਹਦੇ, ਐਸਟੀਮੇਟ ਮਾਰਕਸ ਦੱਸਿਓ ਮੇਰੇ ਕਿੰਨੇ ਬਣ ਰਹੇ ਨੇ, ਫਿਰ ਆਪਾਂ ਉਹਨੂੰ ਦੱਸ ਦਾਂਗੇ ਵੀ ਤੁਹਾਡੇ ਕਿੰਨੇ ਕੁ ਨੰਬਰ ਵੱਧ ਸਕਦੇ ਨੇ। ਬਸ ਇਹ ਗੱਲ ਯਾਦ ਰੱਖੋ, ਕਮੈਂਟ ਬੋਕਸ 'ਚ ਆਪਣਾ ਨਾਮ ਦੱਸ ਦਿਓ, ਜਿਸ ਦਿਨ ਤੁਹਾਡਾ ਪੇਪਰ ਸੀ, ਕਿਹੜੀ ਸ਼ਿਫਟ ਵਿੱਚ ਪੇਪਰ ਸੀ, ਅਤੇ ਤੁਹਾਡੇ ਐਸਟੀਮੇਟ ਐਕਸਪੈਕਟਡ ਕਿੰਨੇ ਮਾਰਕਸ ਬਣ ਰਹੇ ਨੇ, ਆਪਾਂ ਤੁਹਾਨੂੰ ਦੱਸ ਦਾਂਗੇ ਨੋਰਮਲਾਈਜੇਸ਼ਨ ਕਰਕੇ ਤੁਹਾਡੇ ਕਿੰਨੇ ਕੁ ਨੰਬਰ ਵੱਧ ਸਕਦੇ ਨੇ। ਸਤਿ ਸ਼੍ਰੀ ਅਕਾਲ ਜੀ, ਅਕਾਲ ਸਟੱਡੀ ਚੈਨਲ 'ਤੇ ਸਾਰਿਆਂ ਦਾ ਸਵਾਗਤ ਹੈ। ਅਗਰ ਤੁਸੀਂ ਪਹਿਲੀ ਵਾਰ ਵਿੱਚ ਪੰਜਾਬ ਪੁਲਿਸ ਕੋਂਸਟੇਬਲ ਦਾ ਪੇਪਰ ਪਾਸ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨਾਲ ਜੁੜੋ, ਕਿਉਂਕਿ ਅਸੀਂ ਉਹ ਤਰੀਕੇ ਤੁਹਾਨੂੰ ਦੱਸਦੇ ਹਾਂ ਜਿਹਦੇ ਨਾਲ ਤੁਸੀਂ ਪਾਸ ਹੋ ਸਕਦੇ। ਕਿੰਨਾ ਪੜ੍ਹਨਾ ਹੈ, ਕਿਹੜੀ ਕਿਤਾਬ ਤੋਂ ਪੜ੍ਹਨਾ ਹੈ, ਕਿਹੜੇ ਚੈਨਲ ਤੋਂ ਪੜ੍ਹਨਾ ਹੈ, ਕਿਹੜੇ ਟੋਪਿਕ ਪੇਪਰ ਵਿੱਚ ਜ਼ਿਆਦਾ ਪਿੱਛੇ ਜਾ ਰਹੇ ਹਨ, ਜਿਹੜੇ ਕਰੰਟ ਅਫੇਅਰ ਜ਼ਿਆਦਾ ਪਿੱਛੇ ਜਾ ਰਹੇ ਹਨ, ਉਹਨਾਂ ਦੀ ਤਿਆਰੀ ਕਿੱਥੋਂ ਕਰੀਏ, ਇਹ ਸਾਰਾ ਕੁਝ ਅਸੀਂ ਆਪਣੀ ਵੀਡੀਓਸ ਦੇ ਅੰਦਰ ਜਾਂ ਪਰਸਨਲੀ ਕਮੈਂਟ ਬੋਕਸ ਵਿੱਚ ਦੱਸਦੇ ਹਾਂ। ਅਗਰ ਤੁਸੀਂ ਵੀ ਪੰਜਾਬ ਪੁਲਿਸ ਦੀ ਤਿਆਰੀ